हाँ बहुत सुना हाँ जी सत श्री अकाल मित्रों की हाल चाल ठीक ठाक हो सारे उम्मीद है सारे बड़ा ज्यादा वधिया होणगे ते मित्रों अज असीं उह जगह ते खड़े हां जिथे लगा है घोड़ियां दा मेला तुसीं वीडियो दे पिछलियां दे विच वेख्या ना कि घोड़ियां दे मेले ते आपां आए हां अज असीं उसे जगह ते आ गए हां जिथे होंदियां शिकारी कुत्तियां दौड़ां ते तुसीं मेरे पिछे वेख सकदे जे तीसरियां शिकारी कुत्तियां दीआं दौड़ां आ इत्थे इंडियन ते इंपोर्टेड कुत्ते दोवां दीआं दौड़ां होंदियां आ जिवें पहलां इत्थे घोड़ियां दी मंडी लगी ते घोड़ियां दे शो होए ते इस तरह ही हुण इत्थे कुत्तियां दीआं दौड़ां लगन लगियां ਆਪਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਸਹਿਯੋਗ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਵੱਧ ਚੜ ਕੇ ਇਹਨਾਂ ਮੇਲਿਆਂ ਦੇ ਵਿੱਚ ਆਇਆ ਕਰੋ ਕਿਉਂਕਿ ਆਪਣੀਆਂ ਸੱਭਿਆਚਾਰਕ ਖੇਡਾਂ ਆ ਇਹ ਕੁੱਤਿਆਂ ਦੀਆਂ ਦੌੜਾਂ ਹੋਈਆਂ ਅਤੇ ਘੋੜੇ ਵੀ ਆਪਣੇ ਸੱਭਿਆਚਾਰ ਨਾਲ ਰਿਲੇਟਡ ਆ ਕੁੱਤਿਆਂ ਦੀਆਂ ਦੌੜਾਂ ਹੁੰਦੀਆਂ ਸੇਰੋਂ ਪਿੰਡ ਜਿਹੜਾ ਤਰਨ ਤਾਰਨ लाल बड़ा जेतू है जी मान ग्रुप गुड़े का कुत्ता जैक तीन नंबर जेतू है जी लाल बड़ा जेतू है जी परमजीत होंदर मेनू ढिलों की मेनू ढिलों गोना सूसा की कुत्ती मैली ਚਿੱਟਾ ਬੜਾ ਜੇਤੂ ਆ ਜੀ ਪਵਨ ਗੱਲ ਫਰੇਸ਼ਾ ਰੰਮੀ ਰੰਧਾਵਾ ਦਾ ਕੁੱਤਾ ਇਕਲੀ ਤੇ ਬਾਈ ਗੈਰੀ ਪਹਿਲਵਾਨ ਜੀ ਜਿਹੜੇ ਗਏ ਟੂਰਨਾਮੈਂਟ ਦੇ ਉਦਘਾਟਨ ਕਰਨ ਗਏ ਸੀ ਜੀ ਆਰ ਬੀ ਫੋਰ ਬਾਈ ਜਿੰਨੇ ਵੀ ਆਪਣੇ ਸਾਰੇ ਸੀਨੀਅਰ ਬੰਦੇ ਆ ਜੀ ਆ ਜਾਓ ਜੀ ਉੱਥੇ ਸਟਾਰਟਿੰਗ ਪੁਆਇੰਟ ਤੇ ਲਾਲ ਬੜਾ ਜੇਤੂ ਆ ਜੀ ਗਣਤਾਜ ਨਾਲ ਸੋਹਣਾ ਦਾ ਕੁੱਤਾ ਅਸਤਰ ਬਾਈ ਰੇਤਾ ਸੰਭਰਾਲਾ ਜੀ ਆਹ ਦੇਖੋ ਜੀ ਟੋਰ ਗੋਰਾ ਨੰਬਰ ਵੀ ਸਹੀ ਸੁੱਟੀ ਆ ਜਾਇਓ ਜਾਇਓ ਜੀ ਚਿੱਟਾ ਬੜਾ ਜੇਤੂ ਆ ਜੀ ਗੁਰਚਰਨ ਖੰਨਾ ਫੈਸ ਗਰੁੱਪ ਦੀ ਕੁੱਤੀ ਹੈ ਨਾਲ ਬੜਾ ਜੇਤੂ ਆ ਜੀ ਮੋਦੀ ਸਿੱਧੂ ਸਰਕਾਰ ਬਣਾ ਦੀ ਕੁੱਤੀ ਕਾਲੇ 15 ਨੰਬਰ ਦੇ ਵਿੱਚੋਂ लाल बड़ा जेतू है गुरताज नाल सोहना दी कुत्ती न्यू दीप ते 16 नंबर दौड़ दे विच जेतू है लाल बड़ा जेतू है अभी कुत्ती लै अभी बड़े का हो गया है अज दा हौली कर लै चल आ जा आ जा बड़ा जेतू है जी लाल बड़ा जेतू है अर्श कंडियाला अर्श कंडियाला रोपण कंडियाला दम मिल जू ना ये दूसरा हूँ स्टार्ट हो गया इंपोर्ट कुत्तियां दा लाल बड़ा जेतू है जी सुखा कनेडा तेजी पतो जंग ग्रुप का कुत्ता सीस्टेस
ਕਾਲਾ ਡੱਬਾ 500 ਰੁਪਇਆ ਲੈ ਜਾਓ ਜੀ ਭਾਈ ਸੋਖ ਖੰਡੂਰ ਸਾਹਿਬ ਇੰਟਰਵਿਊ ਟਰਾਲੀ ਭਾਈ ਇਹਨਾਂ ਵਾਲੀਆਂ 500 ਰੁਪਇਆ ਸਪੈਸ਼ਲ ਨਾਮ ਆਇਆ ਜੀ ਲਿਆ ਜੀ ਦੋ ਨੰਬਰ ਬਿੱਟੂ ਤੇ ਲੋਕ ਫਾਸਟ ਕੈਨੇਡਾ ਦਾ ਕੁੱਤਾ ਕ੍ਰਿਮੀਨਲ ਮੈਨ ਦਾ ਕੁੱਤਾ ਲਾਲ ਇਹਨਾਂ ਦਾ ਸੁੱਚਾ ਪਹਿਲਵਾਨ ਗੈਰੀ ਪਹਿਲਵਾਨ ਤੇਜਪਾਲ ਸਿੰਘ ਲਾਲੀ ਹੰਟਰ ਦੇ ਗਰੁੱਪ ਦਾ ਕੁੱਤਾ ਟਾਪ ਹੰਟਰ ਆ ਗਿਆ ਜੀ ਕੁੱਤਾ ਕੁੱਤੇ ਬੜੇ ਸ਼ਾਨਦਾਰ ਦੋਵੇਂ ਚਿੱਟਾ ਬੜਾ ਜੇਤੂ ਆ ਜੀ ਸੁੱਚਾ ਪਹਿਲਵਾਨ ਗੈਰੀ ਪਹਿਲਵਾਨ ਤੇਜਪਾਲ ਸਿੰਘ ਲਾਲੀ ਹੰਟਰ ਦਾ ਰੱਬ ਦਾ ਕੁੱਤਾ ਟਾਪ ਹੰਟਰ ਇਹ ਹੁਣ ਦੂਸਰਾ ਰਾਊਂਡ ਆ ਤੇ ਇਹ ਛੇਵੀਂ ਜੋੜੀ ਆ ਇਹ ਤੋਂ ਪਿੱਛੇ ਫਿਰ ਇੱਕ ਕੁੱਤਾ ਰਹਿ ਜਾਣਾ ਉਹਨਾਂ ਦਾ ਮੁੰਡਾ ਹੀ ਆ ਕੁੱਤੇ ਆ ਲਾਲ ਬੜਾ ਜੇਤੂ ਆ ਜੀ ਵਰਿੰਦਰ ਕਨੇਡਾ ਹੋਰ ਭਾਜੀ ਕੀ ਹਾਲ ਜੇ ਕਿੱਥੋਂ ਆਏ ਆਪਾਂ ਸਾਹਿਬ ਤੋਂ ਡੌਗ ਲੈ ਕੇ ਕੁੱਤਾ ਲੈ ਕੇ ਕਿਹੜਾ ਇੰਡੀਅਨ ਕਿ ਇੰਡੀਅਨ ਇੰਡੀਅਨ ਤੇ ਪਹਿਲਾ ਰਾਉਂਡ ਤੇ ਜਿੱਤ ਗਿਆ ਨਹੀਂ ਪਹਿਲਾ ਰਾਉਂਡ ਹੀ ਆ ਪਹਿਲਾ ਰਾਉਂਡ ਆ ਗਿਆ ਬਾਕੀ ਚੜੋ ਹਾਂ ਜੇ ਧਰ ਤੇ ਬਣੀ ਰਹਿੰਦੀ ਆ ਇਹ ਹੈ ਕਿ ਰੌਣਕ ਮੇਲਾ ਹੋ ਜਾਂਦਾ ਨਾ ਵੱਖਰਾ ਹੋ ਜਾਂਦਾ ਸ਼ੌਂਕ ਜਿਵੇਂ ਆਪਾਂ ਨੂੰ ਹੁੰਦਾ ਆ ਉਹ ਆਪਣੇ ਸ਼ੌਂਕ ਪੂਰੇ ਹੋ ਜਾਂਦੇ ਆ ਨਾ ਜਦੋਂ ਮੇਲੇ ਦੇ ਵਿੱਚ ਆਪਾਂ ਆ ਕੇ ਵੇਂਦੇ ਆਪਣੇ ਕੁੱਤਿਆਂ ਨੂੰ ਲੋਕੀ ਵੇਂਦੇ ਆ ਹੈਨਾ ਪਤਾ ਕੀ ਗੱਲ ਇਹਨਾਂ ਨਸ਼ਿਆਂ ਤੋਂ ਬਚਿਆ ਜਾਂਦਾ ਨਸ਼ਿਆਂ ਤੋਂ ਬਚਿਆ ਜਾਂਦਾ ਸ਼ਰਾਬ ਪੀਣ ਤੋਂ ਪਤਾ ਬਦਲਾ ਹੋਣੀ ਤੇ ਬੰਦੇ ਸ਼ਰਾਬ ਵਾਲੇ ਵੀ ਆਏ ਉਹਨਾਂ ਨੂੰ ਕੋਈ ਸ਼ਰਾਬ ਦਾ ਚੇਤਾ ਨਹੀਂ ਸਵੇਰ ਦੇ ਆਏ ਆ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਕੋਈ ਵੀ ਆਰੇ ਲੱਗਣ ਵਾਲਾ ਕਬੱਡੀ ਜਾਂ ਕੋਲ ਜਾਂ ਕੋਈ ਵੀ ਸ਼ੌਂਕ ਕਹਿੰਦੇ ਕੋਈ ਨਾ ਆਪਾਂ ਨੂੰ ਹੋ ਜੇ ਸ਼ੌਂਕ ਜੀ ਮਾੜੀ ਨਹੀਂ ਹੁੰਦੀ ਸ਼ੌਂਕ ਦੇ ਨਾਲ ਨਾਲ ਆਪਣੀ ਜ਼ਿੰਦਗੀ ਬਣ ਜਾਂਦੀ ਹੈ ਹਾਂਜੀ 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 ਆਪਾਂ ਨੂੰ ਏਮ ਮਿਲ ਜਾਂਦਾ ਜ਼ਿੰਦਗੀ ਜੀਣ ਦਾ ਇਸ ਤਰ੍ਹਾਂ ਦੇ ਸ਼ਾਹ ਦੇ ਮੁੰਡੇ ਵੀ ਹੋਰ ਦੁਨੀਆਂ ਦੇ ਮੁੰਡੇ ਸਾਡੇ ਛੋਟੇ ਛੋਟੇ ਨਾਲ ਆਏ ਧੀਏ ਮੇਰੇ ਤਿੰਨ ਚਾਰ ਭਰਾ ਮੇਰੇ ਇਸੇ ਟਾਈਮ ਦੇ ਵਿੱਚ ਬਾਹਰ ਕੋਈ ਕਿਸੇ ਵਾਲੇ ਕੋਈ ਬੰਦਾ ਹਾਂਜੀ ਕਿਉਂਕਿ ਨਾਲੇ ਇਹ ਆਪਣੀਆਂ ਸੱਭਿਆਚਾਰਕ ਖੇਡਾਂ ਆ ਹਾਂਜੀ ਹਾਂਜੀ ਕੁੱਤਿਆਂ ਦੀਆਂ ਖੇਡਾਂ ਹੈਗੀਆਂ ਘੋੜੀਆਂ ਦੀਆਂ ਹੈਗੀਆਂ ਜਿਵੇਂ ਹੁਣ ਆਪਣੇ ਮੇਲਿਆਂ ਦੇ ਵਿੱਚ ਕੁੱਕੜਾਂ ਦੀਆਂ ਹੁੰਦੀਆਂ ਸੀ ਤੇ ਪਸ਼ੂਆਂ ਦੀਆਂ ਪਸ਼ੂਆਂ ਦੀਆਂ ਇਹ ਹੌਲੀ ਹੌਲੀ ਖੇਡਾਂ ਜੰਤਰੀਆਂ ਜਾਂਦੀਆਂ ਆ ਪਰ ਆਪਾਂ ਨੂੰ ਇਹ ਖੇਡਾਂ ਆਪਾਂ ਨੂੰ ਕਾਮਯਾਬ ਬਣਾਉਣਾ ਚਾਹੀਦਾ ਆਪਾਂ ਨੂੰ ਇਹ ਖੇਡਾਂ ਨੂੰ ਮੇਲਿਆਂ ਨੂੰ ਕਾਮਯਾਬ ਬਣਾਉਣਾ ਚਾਹੀਦਾ ਬਿਲਕੁਲ 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 ਕਾਮਯਾਬ ਕਰਨਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੀ ਇਹੋ ਨਿਸ਼ਾਨੀ ਆ ਮੇਲੇ ਤੇ ਇਹੋ ਜਿਹੀਆਂ ਖੇਡਾਂ ਹੋਈਆਂ ਕਬੱਡੀ ਹੋ ਗਈ ਹੈ ਨਾ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਉਤਸ਼ਾਹ ਕਰਨਾ ਚਾਹੀਦਾ ਲੋਕਾਂ ਨੂੰ ਆ ਕਿ ਵੱਧ ਚੜ ਕੇ ਇਹਨਾਂ ਮੇਲੇ ਦੇ ਵਿੱਚ ਆਇਆ ਕਰੋ ਤੇ ਹਿੱਸਾ ਪਾਓ ਹਿੱਸਾ ਪਾਓ ਤੇ ਲੋਕਾਂ ਦਾ ਨਾਲੇ ਬੱਚਿਆਂ ਦਾ ਮਾਹੌਲ ਬਣਦਾ ਦੂਜੇ ਬੰਨੇ ਨੂੰ ਪਾਸੇ ਬੰਨੇ ਨੂੰ ਜਾਂਦਾ ਜੀ ਹੁਣ ਜਿਵੇਂ ਕਬੂਤਰ ਕਈ ਜਣੇ ਰੱਖੇ ਸ਼ੌਂਕ ਨਾਲ ਕੋਈ ਵੀ ਚੀਜ਼ ਰੱਖੀ ਹੋਈ ਆਪਾਂ ਸ਼ੌਂਕ ਨਾਲ ਤੇ ਨਜ਼ਾਰਾ ਇਹਦਾ ਜ਼ਿੰਦਗੀ ਜੀਣ ਦਾ ਕੀ ਹਾਲ ਜੀ ਕੀ ਨਾਂ ਜੀ ਭਾਈ ਆਪਣਾ ਮੇਰਾ ਨਾਂ ਗੁਰਪ੍ਰੀਤ ਸਿੰਘ ਢਿੱਲੋਂ ਆ ਜੀ ਅੱਛਾ ਜੀ ਕਿੱਥੋਂ ਆਏ ਭਾਈ ਆਪਾਂ ਆਪਣਾ ਪਿੰਡ ਤਿਮੋ ਵਾਲਾ ਜੀ ਮਾਝੇ ਦੇ ਵਿੱਚ ਅੱਛਾ ਮਾਝੇ ਜੀ ਤੇ ਕਿੰਨੇ ਚਿਰ ਤੋਂ ਆਪਾਂ ਇਹ ਸ਼ਿਕਾਰੀ ਕੁੱਤੇ ਦੀਆਂ ਦੌੜਾਂ ਕਰਾਦੇ ਅਸੀਂ ਕੋਈ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਜੀ ਸ਼ੁਰੂ ਤੋਂ ਸ਼ੌਂਕ ਆ ਸ਼ੁਰੂ ਤੋਂ ਸ਼ੌਂਕ ਆ ਪਹਿਲਾਂ ਬਜ਼ੁਰਗ ਕਰਦੇ ਸੀ ਉਹਨਾਂ ਤੋਂ ਬਾਅਦ ਅਸੀਂ ਇਹ ਕੰਮ ਸ਼ੁਰੂ ਕਰਤਾ ਜੀ ਠੀਕ ਆ ਤੇ ਇਹ ਡੌਗ ਆਪਣਾ ਹਾਂਜੀ ਇਹ ਡੌਗ ਹੈ ਜੀ ਇਹ ਕਿੰਨੇ ਚਿਰ ਦਾ ਕੀ ਇਹਦੀ ਡਿਟੇਲ ਹੈ ਇਹ 12 ਮਹੀਨੇ ਦਾ ਕਬੂਤਰ ਜੀ ਅੱਛਾ ਜੀ ਇਹ ਕਤੂਰਾ ਆ ਹਾਂਜੀ ਇਹ ਅਥਰੇ ਘੋੜੇ ਦਾ ਬੱਚਾ ਜੀ ਅੱਛਾ ਜੀ ਹਾਂਜੀ ਤੇ ਇਹ ਆਪਣਾ ਮੰਨ ਲਓ ਪਹਿਲਾ ਰਾਉਂਡ ਜਿੱਤ ਗਿਆ ਇਹ ਇੰਡੀਅਨ ਕੁੱਤਾ ਆ ਨਹੀਂ ਹਾਂਜੀ ਇਹ ਇੰਡੀਅਨ ਕੁੱਤਾ ਹੈ ਦੋ ਰਾਉਂਡ ਜਿੱਤ ਗਿਆ ਇਹਨੇ ਤੀਜੇ ਰਾਉਂਡ ਭੱਜਣਾ ਹੁਣ ਤੀਸਰਾ ਰਾਉਂਡ ਹੀ ਭੱਜਣਾ ਪਹਿਲੇ ਰਾਉਂਡ 'ਚ ਕਿੰਨੇ ਕੁੱਤੇ ਆਏ ਇਹ ਪਹਿਲੇ ਰਾਉਂਡ ਦੇ ਵਿੱਚ ਹੀ 82 ਕੁੱਤੇ 82 ਕੁੱਤੇ ਉਹ ਫਿਰ ਇਦਾਂ ਆਧਾ ਆਧਾ ਨਾ ਹੁੰਦਾ ਜਾਂਦਾ ਤੇ ਜਿਤਨਾ ਇੱਕ ਨੇ ਆ ਹਾਂਜੀ ਜਿਤਨਾ ਇੱਕ ਨੇ ਲਾਸਟ ਦੇ ਤੇ ਇੰਡੀਅਨ ਵੀ ਇੱਕ ਜਿੱਤੂ ਤੇ ਇੰਪੋਰਟੈਂਟ ਹੀ ਇੱਕ ਜਿੱਤੂ ਨਹੀਂ ਮਤਲਬ ਇਹ 4-5 ਤੱਕ ਨਾਮ ਨਾਮ ਤਾਂ ਜੀ ਹੋਣਗੇ ਤੇ 10 ਤੱਕ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਮਿਹਰਬਾਨੀ ਜੀ ਨਾਮ ਕੀ ਹੈ ਠੀਕ ਇਹ ਕੁੱਤੇ ਦਾ ਨਾਂ ਕੀ ਆਪਣੇ ਦਾ ਹਾਰਲੇ ਹਾਰਲੇ ਚਤਰਾ ਆ ਬਹੁਤ ਸੋਹਣਾ ਕੁੱਤਾ ਵੀ ਨਕਲ ਕਰਦੇ ਹੋਰ ਵੀਰ ਜੀ ਕੀ ਹਾਲ ਜੀ ਕਿੱਥੋਂ ਆਏ ਭਾਈ ਆਪਾਂ ਸਮਾਲਸਰ ਇਹ ਕਿੱਥੇ ਪੈ ਜਾਂਦਾ ਕਿਹੜਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਇਹ ਕਦੋਂ ਦਾ ਆਪਾਂ ਲੱਗੇ ਆ ਆ ਕੁੱਤਿਆਂ ਦੇ ਸ਼ੌਂਕ ਆਪਾਂ ਨੂੰ ਅੱਛਾ ਜੀ ਉਦੋਂ ਦਾ ਰੱਖਿਆ ਕੁੱਤਾ ਇਹੀ ਜਾਂ ਪਹਿਲਾਂ ਹੋਰ ਵੀ ਹੁੰਦਾ ਸੀ ਠੀਕ ਹੈ ਠੀਕ ਹੈ ਇਹ 2 ਰਾਉਂਡ ਜਿੱਤ ਗਿਆ ਹਾਂਜੀ ਤੀਜਾ ਰਾਉਂਡ ਹੁਣ ਤੀਸਰਾ ਰਾਉਂਡ ਆਈ ਨੇ ਕੁੱਤਿਆਂ ਦਾ ਠੀਕ ਹੈ ਠੀਕ ਹੈ ਕੀ ਨਾਂ ਕੀ ਇਹਦਾ ਇਹਦਾ
मनीष्ट हाँ हाँ ठीक है गे सुने अच्छे बहुत सोहने कुत्ते हाँ शेर की खाल है उतना कुत्ता इधर ही बहुत सोहने सोहने कुत्ते है चाह भी गल कर लें हो भीर जी की हाल जी कितों आए भाई आप माने के सद्धू ये कितने जगराओं लागे की अपने कुत्ते ना की एक किन्ना चिर हो गया आपां नूं इह दौड़ां करांदे आ पहला किन्ने इंडियन कुत्ते दिखाते इंपोर्टेड कुत्ते दिखाते हैं जिनी कहीं डिटेल दस सकते हो अं तुम दसती है बाकी फाइनल मैच नूं छामा पै जानी आ अपने तो इन्ना टाइम नहीं हैगा अं चले गए जरूरी काम अं जाते हैं है इतने जरूर हाजिरी लवा के आनी है जिन्ना क टाइम हों ते तो भी इन्हों मेलों के दौड़ों के कोई भी चीज़ मेला लगता है कोई घोड़ियों का मंडी लगती है या कोई डॉग शो हों कोई जानवरों का शो हों जानवर की मंडी लगती है तो उत्थे जरूर वल चढ़ के आया करो क्योंकि अपन ये चीज़ा बचिया रहन अपना सभ्याचार बचा रहे तो चलो हूँ अं कहीं जरूरी काम से जाना ही तो अं चले उ बाकी फाइनल तीन जो वेखना आ तुम यूट्यूब चैनल के इतने लाइव चलन दिया आ इतों तुम स्कैन करके तुम चैक कर सकते हो किड़ा कुत्ता लास्ट तक जितया किड़ा कुत्ता इंपोर्टर जित गया कि इंडियन जित गया तो ठीक है जी बाय बाय धन्यवाद ता बहुत वीडियो देखने धन्यवाद ओके मिलते हैं कि होर नवी वधिया जी वीडियो बाय बाय।